ਸਬਸਕ੍ਰਾਈਬ ਕਰੋ NC7 ਨਿਊਜ਼ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ। ਇਸ ਵੇਲੇ ਦੀ ਖਬਰ ਦਸਤਕ ਦੇ ਰਹੀ ਹੈ ਲੁਧਿਆਣਾ ਦੇ ਸ਼ੇਰਪੁਰ ਚੋਂ। ਗਿਆਸਪੁਰਾ ਫਾਟਕ ਤੇ ਵੱਡਾ ਰੇਲ ਹਾਦਸਾ ਹੋਣ ਦੀ ਖਬਰ ਮਿਲੀ ਹੈ। ਉੱਥੇ ਫਾਟਕ ਲੰਘਦੇ ਸਮੇਂ ਤਿੰਨ ਲੋਕਾਂ ਦੀ ਸ਼ਤਾਬਦੀ ਟ੍ਰੇਨ ਹੇਠਾਂ ਆ ਜਾਣ ਕਾਰਨ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ, ਜਿਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਮ੍ਰਿਤਕਾਂ 'ਚ ਇੱਕ ਬਜ਼ੁਰਗ ਰਤਨਜੀਤ ਅਤੇ ਲੜਕੀ ਗੁਰਪ੍ਰੀਤ ਕੌਰ ਸ਼ਾਮਿਲ ਹਨ। ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਸ ਸਮੇਂ ਹਾਦਸਾ ਵਾਪਰਿਆ ਹੈ ਉਸ ਵੇਲੇ ਫਾਟਕ ਖੁੱਲ੍ਹੇ ਸਨ। ਇਸ ਦੌਰਾਨ ਪਰਿਵਾਰ ਨੇ ਇਸ ਹਾਦਸੇ ਨੂੰ ਫਾਟਕ ਤੇ ਤਾਇਨਾਤ ਰੇਲਵੇ ਮੁਲਾਜ਼ਮ ਦੀ ਅਣਗਹਿਲੀ ਦੱਸਿਆ ਹੈ, ਜਦੋਂ ਕਿ SDM ਅਮਰਜੀਤ ਬੈਂਸ ਨੇ ਕਿਹਾ ਕਿ ਇਹ ਫਿਲਹਾਲ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ 'ਚ ਇੱਕ 19 ਸਾਲਾ ਲੜਕੀ ਦਾ ਅਗਵਾ ਬਾਅਦ ਕਤਲ ਹੋਇਆ। ਇਹ ਹੈ 19 ਸਾਲਾ ਅਨਮੋਲ, ਜਿਸ ਦੀ ਅੰਮ੍ਰਿਤਸਰ ਦੇ ਲੋਹਾਰਕਾ ਤੋਂ ਲਾਸ਼ ਮਿਲੀ ਹੈ। ਦਰਅਸਲ 26 ਫਰਵਰੀ ਨੂੰ ਅਜਨਾਲਾ ਦੀ ਰਹਿਣ ਵਾਲੀ ਅਨਮੋਲ ਨੂੰ ਅਗਵਾ ਕੀਤਾ ਗਿਆ। ਅਗਵਾਕਾਰਾਂ ਨੇ ਅਨਮੋਲ ਦੀ ਜਾਨ ਬਦਲੇ 20 ਲੱਖ ਦੀ ਫਿਰੌਤੀ ਦੀ ਮੰਗ ਕੀਤੀ। ਪਰਿਵਾਰ ਨੇ ਜਦੋਂ ਫਿਰੌਤੀ ਦੇਣ ਤੋਂ ਅਸਮਰੱਥਾ ਬਿਤਾਈ ਤਾਂ ਪਰਿਵਾਰ ਨੂੰ ਆਪਣੀ ਲੜਕੀ ਦਾ ਲਾਸ਼ ਦੇ ਰੂਪ ਵਿੱਚ ਮੂੰਹ ਦੇਖਣਾ ਹੀ ਪਿਆ। ਪੁਲਿਸ ਨੇ ਕਤਲ ਦਾ ਕੇਸ ਦਰਜ ਕਰਦਿਆਂ ਇੱਕ ਮੁਲਜ਼ਮ ਲਵਦੀਪ ਨੂੰ ਗ੍ਰਿਫਤਾਰ ਕੀਤਾ। ਹੋਇਆ ਇਹਨਾਂ ਨੇ ਜਿਹੜਾ ਵਾ ਉਹ ਇੱਥੇ ਕੋਰਸ ਕਰਦੀ ਸੀ, ਪੜ੍ਹਨ ਵਾਸਤੇ ਆਈ, ਗੱਡੀ 'ਚ ਉਤਰੀ ਆ, ਉਹਨਾਂ ਨੇ ਜਿਹੜਾ ਵਾ ਉਹ ਅਗਵਾਹ ਕਰ ਲਈ ਆ। ਅਗਵਾਹ ਕਰਕੇ ਮੁੜ ਕੇ ਉਹਨਾਂ ਨੇ ਫੋਨ ਕੀਤਾ ਥੋੜ੍ਹੇ ਚਿਰ ਬਾਅਦ ਵੀ ਪੱਕੇ ਸ਼ਹਿਰਾਂ 'ਚ ਸੜਕ 'ਤੇ 20 ਲੱਖ ਰੁਪਇਆ ਲੈ ਕੇ ਆ ਜਾਓ ਅਤੇ ਜੇ ਨਾ ਕੇ ਲਿਆਉਂਦਾ ਤੁਹਾਡੀ ਕੁੜੀ ਮਾਰਤੀ ਜਾਊਗੀ। ਆਪਾਂ ਪ੍ਰਚਾਰ ਦਰਜ ਕੀਤਾ ਸੀਗਾ ਤਕਰੀਬਨ 26 ਤਰੀਕ ਨੇ ਕੁੜੀ ਅਗਵਾਈ ਸੀ, ਉਹਦੇ ਵਿੱਚ ਤਾਂ ਫਿਰੌਤੀ ਮੰਗੀ ਗਈ ਸੀਗੀ 20 ਲੱਖ ਰੁਪਏ ਦੀ, ਜੋ ਆਪਾਂ ਬੰਦਾ ਜਿਹੜਾ ਮੇਨ ਇੱਕ ਫੜ ਲਿਆ ਵਾ ਅਤੇ ਕੁੜੀ ਦੀ ਜਿਹੜੀ ਹੈਗੀ ਆ ਮੌਤ ਹੋ ਗਈ ਸੀ, ਇਹਨਾਂ ਨੇ ਉੱਥੇ ਜਿਹਨੂੰ ਕੁੜੀ ਮਾਰ ਦਿੱਤਾ। ਕਿੰਨੇ ਬੰਦੇ ਸੀ? ਇੱਕ ਬੰਦਾ ਸਾਹਮਣੇ ਆਇਆ ਮੇਨ ਜਿਹੜਾ ਹੈਗਾ। ਕਿਹੜੀ ਗੱਡੀ ਦੇ ਵਿੱਚ ਆਏ ਸੀ ਜਦੋਂ? ਆਲਟੋ ਕਾਰਨ ਲੈ ਕੇ ਜਾਣਾ ਅਤੇ ਕੋਈ ਸਰ ਰਾਜਨੀਤੀ ਵੀ ਇਹਦੇ ਮਗਰ ਬੋਲਦੀ ਨਹੀਂ ਕੁੜੀ ਆ? ਕੋਈ ਨਹੀਂ ਆਇਆ, 19 ਸਾਲ ਦਾ ਮੁੰਡਾ ਸੀ, ਸਕੂਲ ਪੜ੍ਹਦਾ ਰਿਹਾ ਪਹਿਲਾਂ ਕੁੜੀ ਦੇ ਨਾਲ, ਰਾਜਨੀਤੀ ਵਾਲਾ ਕੋਈ ਆ ਗਿਆ ਸਿਰਫ ਫਰੌਤੀ ਕਰਕੇ ਉਹਨੇ ਫਰੌਤੀ ਕਰਨੀ। ਤੁਹਾਨੂੰ ਦੱਸ ਦਈਏ ਕਿ ਅਨਮੋਲ ਇੱਕ ਨਿੱਜੀ ਸੰਸਥਾ 'ਚ ਪੜ੍ਹਾਈ ਲਈ ਆਉਂਦੀ ਸੀ। ਅਨਮੋਲ ਜਦੋਂ ਰੋਜ਼ਾਨਾ ਦੀ ਤਰ੍ਹਾਂ ਬੱਸ 'ਚੋਂ ਉਤਰੀ ਤਾਂ ਅੱਗੇ ਖੜਾ ਇੱਕ ਨੌਜਵਾਨ ਉਸਨੂੰ ਇੱਕ ਅਲਟੋ ਕਾਰ ਵਿੱਚ ਬਿਠਾ ਕੇ ਫਰਾਰ ਹੋ ਗਿਆ। 20 ਲੱਖ ਫਿਰੌਤੀ ਤੋਂ ਬਾਅਦ ਅਨਮੋਲ ਇੱਕ ਲਾਸ਼ ਦੇ ਰੂਪ ਵਿੱਚ ਮਿਲੀ ਹੈ। ਆਏ ਦਿਨ ਹੋ ਰਹੇ ਹਾਦਸਿਆਂ ਦੇ ਬਾਅਦ ਵੀ ਲੋਕ ਕੋਈ ਸਬਕ ਨਹੀਂ ਲੈ ਰਹੇ, ਨਤੀਜਾ ਅਨਮੋਲ ਜਾਨਾਂ ਮੌਤ ਦੇ ਮੂੰਹ 'ਚ ਜਾ ਰਹੀਆਂ ਨੇ। ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਬਰਨਾਲਾ ਦੀਆਂ ਹਨ, ਜਿੱਥੇ ਵੱਡੀ ਗਿਣਤੀ 'ਚ ਲੋਕ ਰੇਲਵੇ ਟਰੈਕ 'ਤੇ ਬੈਠੇ ਹੋਏ ਨੇ। ਲੁਧਿਆਣਾ 'ਚ ਇਹ ਹਾਦਸਾ ਵਾਪਰਿਆ ਅਜੇ 24 ਘੰਟੇ ਵੀ ਨਹੀਂ ਹੋਏ ਕਿ ਲੋਕ ਇਸ ਨੂੰ ਪੁਲ ਮੌਤ ਰੂਪੀ ਰੇਲਵੇ ਲਾਈਨਾਂ 'ਤੇ ਬੈਠ ਗਏ ਨੇ। ਬਿਨਾਂ ਸ਼ੱਕ ਇਹ ਸਾਰੇ ਪ੍ਰਦਰਸ਼ਨਕਾਰੀ ਹਨ ਅਤੇ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦਿਆਂ ਰੇਲਵੇ ਲਾਈਨਾਂ ਜਾਮ ਕਰਕੇ ਬੈਠੇ ਨੇ। ਦਰਅਸਲ ਦਿੱਲੀ 'ਚ ਹੋਏ ਦੰਗਿਆਂ ਦੌਰਾਨ ਮਾਰੇ ਗਏ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਲਈ ਭਾਰਤੀ ਕਿਸਾਨ ਯੂਨੀਅਨ ਆਗੂਆਂ ਵੱਲੋਂ ਜਿੱਥੇ ਸ਼ਾਂਤੀ ਮਾਰਚ ਕੱਢੇ ਜਾ ਰਹੇ ਨੇ, ਉੱਥੇ ਹੀ CAA ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਕਨ੍ਹੱਈਆ ਕੁਮਾਰ ਅਤੇ ਕੁਝ ਹੋਰ ਲੋਕਾਂ ਖਿਲਾਫ਼ ਦੇਸ਼ ਧਰੋਹ ਦਾ ਮੁਕੱਦਮਾ ਚਲਾਉਣ ਦੀ ਦਿੱਤੀ ਮਨਜ਼ੂਰੀ ਦੇ ਖਿਲਾਫ਼ ਰੋਸ ਵਿਖਾਇਆ ਜਾ ਰਿਹਾ ਹੈ। ਇਸੇ ਪ੍ਰਦਰਸ਼ਨ ਤਹਿਤ ਪਾਕਿਆਉ ਉਗਰਾਹਾਂ ਵੱਲੋਂ ਬਠਿੰਡਾ ਚੰਡੀਗੜ੍ਹ ਰੇਲਵੇ ਟਰੈਕ ਰੋਕ ਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਨੂੰ CAA ਅਤੇ NRC ਵਾਪਸ ਲੈਣ ਦੀ ਮੰਗ ਕੀਤੀ। ਪਰ ਇਸ ਸਭ ਦੌਰਾਨ ਸੈਂਕੜੇ ਜਾਨਾਂ ਮੌਤ ਰੂਪ ਰੇਲ ਦੀ ਪਟੜੀ 'ਤੇ ਬੈਠੀਆਂ ਹਨ। ਜੇਕਰ ਇਸ ਦੌਰਾਨ ਕੋਈ ਹਾਦਸਾ ਹੁੰਦਾ ਹੈ ਤਾਂ ਇਸਦਾ ਜ਼ਿੰਮੇਵਾਰ ਕੌਣ ਹੋਵੇਗਾ?
ਉਧਰ ਪਿਛਲੇ 5 ਮਹੀਨਿਆਂ ਤੋਂ ਸੰਗਰੂਰ ਵਿਖੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਕਰ ਰਹੇ ਟੈਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੀ ਕੋਠੀ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਭਾਵੇਂ ਬੈਰੀਗੇਡ ਲਾ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਕੋਠੀ ਤੋਂ ਦੂਰ ਰੋਕਣ ਦਾ ਯਤਨ ਸੀ, ਪਰ ਬੇਰੁਜ਼ਗਾਰ ਅਧਿਆਪਕ ਵੱਲੋਂ ਜੋਸ਼ ਨਾਲ ਅੱਗੇ ਵਧਿਆ ਗਿਆ, ਜਿਸ ਦੌਰਾਨ ਪੁਲਿਸ ਤੇ ਬੇਰੁਜ਼ਗਾਰ ਅਧਿਆਪਕਾਂ ਵਿਚਕਾਰ ਧੱਕਾਮੁੱਕੀ ਵੀ ਹੋਈ। ਤੁਹਾਨੂੰ ਦੱਸ ਦਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕਾਂ ਦਾ ਪੰਜਾਬ ਸਰਕਾਰ ਖਿਲਾਫ਼ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸਰ, ਤੁਹਾਨੂੰ ਪਤਾ ਕਿ ਅਸੀਂ 8 ਸਤੰਬਰ ਤੋਂ ਲੈ ਕੇ ਡੀ ਸੀ ਦਫ਼ਤਰ ਅੱਗੇ ਧਰਨਾ ਲਗਾ ਰਹੇ, ਪੱਕਾ ਸਾਡਾ ਧਰਨਾ ਚੱਲ ਰਿਹਾ ਹੈਗਾ। ਸਾਡਾ ਜਿਹੜਾ ਪਰਪਜ਼ ਹੈਗਾ ਪੋਸਟਾਂ ਦੇ ਲਈ ਹੈਗਾ, ਅਸੀਂ ਸਿੱਖਿਆ ਮੰਤਰੀ ਨਾਲ ਬਹੁਤ ਜ਼ਿਆਦਾ ਮੀਟਿੰਗਾਂ ਕਰ ਲਈਆਂ ਨੇ ਜੋ ਕਿ ਬੇਸਿੱਟਾਂ ਰਹੀਆਂ ਨੇ ਹੁਣ ਤੱਕ, ਅਤੇ ਹੁਣ ਤੁਸੀਂ ਦੇਖਿਆ ਕਿ ਪਰਸੋਂ ਜਿਹੜਾ ਨੋਟੀਫਿਕੇਸ਼ਨ ਦਿੱਤਾ ਹੈਗਾ ਉਹਨਾਂ ਨੇ, ਉਹਦੇ ਵਿੱਚ ਪੰਜਾਬੀ ਦੀਆਂ 60 ਪੋਸਟਾਂ ਅਤੇ SST ਦੀਆਂ 52 ਪੋਸਟਾਂ ਅਤੇ ਹਿੰਦੀ ਦੀਆਂ 40 ਪੋਸਟਾਂ ਦਿੱਤੀਆਂ ਨੇ, ਜਿਹੜੀਆਂ ਕਿ ਮਿਲਾ ਕੇ 152 ਬਣਦੀਆਂ ਨੇ। ਅਤੇ ਇਸ ਦਾ ਜਿਹੜਾ ਹੈਗਾ ਕਿ ਜ਼ਿਆਦਾ ਜਿਹੜਾ ਹੈਗਾ SST 3 ਸਬਜੈਕਟਾਂ ਨਾਲ ਲੈ ਗਈ, ਹਿੰਦੀ ਨਾਲ ਵੀ ਆ, ਪੰਜਾਬੀ ਨਾਲ ਵੀ ਆ, ਅਤੇ ਇੰਗਲਿਸ਼ ਨਾਲ ਵੀ ਕੰਬੀਨੇਸ਼ਨ ਹੈਗਾ। ਅਤੇ ਇਹ ਲਗਭਗ 30,000 ਦੇ ਕਰੀਬ ਕੈਂਡੀਡੇਟ ਇਕੱਲਾ SST ਦਾ ਗਾ। ਇਹ ਇੱਕ ਹਾਸੋਹੀਣ ਅਤੇ ਮਜ਼ਾਕ ਆ, ਕੋਝਾ ਮਜ਼ਾਕ ਕੀਤਾ ਸਰਕਾਰ ਨੇ ਕਿ 52 ਪੋਸਟਾਂ, ਜਦਕਿ ਸਰਕਾਰੀ ਸਕੂਲਾਂ ਦੇ ਵਿੱਚ ਅਨੇਕਾਂ ਪੋਸਟਾਂ ਨੇ ਜਿਹੜੀਆਂ ਖਾਲੀ ਪਈਆਂ ਨੇ। ਅਤੇ ਇੱਕ ਖਾਸ ਗੱਲ ਇਹ ਆ ਕਿ ਇਹਨਾਂ ਨੇ ਜਿਹੜਾ ਪੰਜਾਬ, ਸਾਰੇ ਪੰਜਾਬ ਨੂੰ ਛੱਡ ਕੇ ਹੁਣ ਤੱਕ ਕਦੇ ਵੀ ਇਹ ਨਹੀਂ ਹਿਸਟਰੀ ਦੇ ਵਿੱਚ ਨਹੀਂ ਵਾਪਰਿਆ ਹੈਗਾ ਕਿ ਇਕੱਲੇ ਬਾਰਡਰ ਏਰੀਏ 'ਤੇ ਭਰਤੀ ਕੀਤੀ ਗਈ ਹੋਵੇ। ਅਤੇ ਇਸ ਵਾਰ ਜਿਹੜਾ ਇਹਨਾਂ ਨੇ ਨੋਟੀਫਿਕੇਸ਼ਨ ਦਿੱਤਾ ਸਿਰਫ ਇਕੱਲਾ ਬਾਰਡਰ ਏਰੀਏ ਨੂੰ ਦਿੱਤਾ ਗਾ, ਜੋ ਕਿ ਸਾਨੂੰ ਸਾਰਿਆਂ ਨੂੰ ਇਹ ਪਤਾ ਗਾ ਕਿ ਜਿਹੜੇ ਕੈਂਡੀਡੇਟ ਅਸੀਂ ਇਹ ਕਹਿ ਸਕਦੇ ਹਾਂਗੇ ਕਿ 70-30 ਦਾ ਰੇਸੋ ਕਰ ਸਕਦੇ ਨੇ, ਵੀ ਜਿਹੜੇ ਜਿਨ੍ਹਾਂ ਦੇ ਬਾਅਦ ਵਿੱਚ ਨੰਬਰ ਹੋਵੇ ਉਹਨਾਂ ਨੂੰ ਬਾਰਡਰ ਏਰੀਏ ਦੇ ਵਿੱਚ ਚੋਇਸ ਦੇ ਅਕੋਰਡਿੰਗ ਨਾ ਦੇਣ। ਬਟ ਇਹ ਨਹੀਂ ਹੋ ਸਕਦਾ ਹੁੰਦਾ ਕਿ ਜਿਹੜੀ ਜਿੱਦਾਂ ਦੇ ਉਹ ਰਿਟਾਇਰਮੈਂਟ ਦੀ ਹੀ ਆਪਣੀ ਉਮਰ ਹੈ ਜਿਹੜੀ 58 ਸਾਲ ਤੱਕ ਉੱਥੇ ਹੀ ਰਹੇ। ਅਤੇ ਇਸ ਤਰ੍ਹਾਂ ਨਾਲ ਅੱਜ ਤੁਸੀਂ ਦੇਖਿਆ ਗਾ ਕਿ ਪਹਿਲਾਂ ਵੀ ਸਾਡੇ ਉੱਤੇ 24 ਨਵੰਬਰ ਨੂੰ ਵੀ ਲਾਠੀਚਾਰਜ ਹੋਇਆ ਗਾ, 17 ਨਵੰਬਰ ਨੂੰ ਵੀ ਲਾਠੀਚਾਰਜ ਹੋਇਆ ਸੀਗਾ, ਉਹਦੇ ਵਿੱਚ ਸਾਡੇ ਅਨੇਕਾਂ ਸੀਗੇ, 24 ਦੇ ਕਰੀਬ ਸੀ ਜਿਹੜੇ ਜਿਨ੍ਹਾਂ ਦੇ ਸੱਟਾਂ ਵੱਜੀਆਂ ਸੀਗੀਆਂ, ਫੱਟੜ ਹੋਏ ਸੀਗੇ ਅਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਸੀ। ਅਤੇ ਅੱਜ ਵੀ ਉਦਾਂ ਦਾ ਹੀ ਮਾਹੌਲ ਲੱਗਦਾ ਗਾ ਕਿ ਜਿਹੜਾ ਹੈਗਾ ਗਾ ਇਹਨਾਂ ਨੇ ਪਾਣੀ ਦੀਆਂ ਵਿਛਾੜਾਂ ਦਾ ਵੀ ਇਹ ਲੱਗਦਾ ਕਿ ਅਸੀਂ ਸਾਡੇ ਨਾਲ ਤੁਸੀਂ ਦੇਖਿਆ ਗਾ ਕਿ ਹੁਣ ਵੀ ਧੱਕਾ ਮੁੱਕੀ ਹੋਈ ਹੈਗੀ। ਅਤੇ ਅੱਜ ਜਿਹੜਾ ਸਾਡਾ ਮੇਨ ਪਰਪਜ਼ ਆ ਉਹ ਅਸੀਂ ਉੱਥੋਂ ਡੀ ਸੀ ਦਫ਼ਤਰ ਅੱਗੋਂ ਜਿਹੜਾ ਧਰਨਾ ਸਾਡਾ ਪੱਕਾ ਚੱਲ ਰਿਹਾ ਸੀਗਾ ਉਹ ਉੱਥੋਂ ਤੋਂ ਸ਼ਿਫਟ ਕਰਕੇ ਇੱਥੇ ਲਗਾ ਰਹੇ ਹਾਂਗੇ। ਅਤੇ ਅਸੀਂ ਉਹਨਾਂ ਟਾਈਮ ਇੱਥੇ ਆਪਣਾ ਪੱਕਾ ਧਰਨਾ ਜਾਰੀ ਰੱਖਣਾ ਗਾ ਜਿੰਨਾ ਟਾਈਮ ਸਾਡੇ ਨਾਲ ਵਿਜੇਂਦਰ ਸਿੰਗਲਾ ਸਰ ਗੱਲ ਨਹੀਂ ਕਰਦੇ ਹੈਗੇ। ਜਿਹੜੀਆਂ ਇਹ ਪੋਸਟਾਂ ਨਾ ਮਾਤਰ ਪੋਸਟਾਂ ਦਿੱਤੀਆਂ ਨੇ, ਕਿਆ 2182 ਪੋਸਟਾਂ, ਜਦਕਿ 60,000 ਦੇ ਕਰੀਬ ਜਿਹੜਾ ਟੈਟ ਪਾਸ ਹੈਗਾ, 20,000 ਦੇ ਕਰੀਬ ਜਿਹੜਾ ਹੁਣ ਨਵਾਂ ਟੈਟ ਹੋਇਆ ਗਾ ਉਹਦਾ ਜਿਹੜੀ ਰਿਜ਼ਲਟ ਆ ਉਹ ਡਿਕਲੇਅਰ ਕਰਨਾ ਬਾਕੀ ਹੈਗਾ, ਆਂਸਰ ਕੀ ਪੈ ਚੁੱਕੀ ਆ, ਉਹਦੇ ਵਿੱਚ 20,000 ਦੇ ਲਗਭਗ ਹੋਰ ਜਿਹੜਾ ਟੈਟ ਪਾਸ ਕੈਂਡੀਡੇਟ ਆ ਰਿਹਾ ਹੈਗਾ। ਤੁਸੀਂ ਇਹ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇੰਨੇ 70,000-80,000 ਦੇ ਲਗਭਗ ਟੈਟ ਪਾਸ ਨੂੰ 2182 ਪੋਸਟਾਂ ਦੇਣੀਆਂ ਇੱਕ ਹਾਸੋਹੀਣ ਅਤੇ ਕੋਝੇ ਮਜ਼ਾਕ ਵਾਲੀ ਗੱਲ ਹੈਗੀ, ਜੋ ਕਿ ਕੈਪਟਨ ਸਰਕਾਰ ਆਪਣੀਆਂ ਨਾਕਾਮੀਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਨਾਕਾਮੀਆਂ ਦਿਖਾਉਂਦੀ ਹੋਈ ਹੈਗੀ। ਅਤੇ ਇਸ ਤਰ੍ਹਾਂ ਨਾਲ ਅਸੀਂ ਅੱਜ ਇੱਥੇ ਉਹਨਾਂ ਟਾਈਮ ਬੈਠੇ ਰਹਾਂਗੇ ਜਿੰਨਾ ਟਾਈਮ ਸਾਡੀ ਜਿਹੜੀਆਂ ਸਮੱਸਿਆਵਾਂ ਦਾ ਜਾਂ ਮੰਗਾਂ ਨੇ ਸਾਡੀਆਂ ਪੂਰੀਆਂ ਨਹੀਂ। ਜਿਹੜਾ DC ਦਫ਼ਤਰ ਅੱਗੇ ਧਰਨਾ ਲੱਗਾ ਹੋਇਆ ਤੁਸੀਂ ਚੱਕ ਕੇ ਇੱਥੇ ਸ਼ਿਫਟ ਕਰ ਦਿੱਤਾ ਗਿਆ? ਹਾਂਜੀ ਸਰ, ਅੱਜ ਅਸੀਂ ਉੱਥੋਂ ਹੁਣ ਇੱਥੇ ਸ਼ਿਫਟ ਕਰ ਰਹੇ ਹਾਂਗੇ ਅਤੇ ਇੱਥੇ ਹੀ ਬੈਠਾਂਗੇ ਹੁਣ ਅਸੀਂ ਜਿੰਨਾ ਟਾਈਮ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ। ਉਦੋਂ ਤੱਕ 15,000 ਦੀਆਂ ਅਸਾਮੀਆਂ ਦੀ ਉਮਰ ਹੱਦ ਵਿੱਚ ਛੋੜ ਦੇਣ ਦੀ, ਵੱਡੀ ਗਿਣਤੀ ਦੇ ਵਿੱਚ ਬੇਰੁਜ਼ਗਾਰ ਸਾਥੀ ਓਵਰੇਜ ਹੋ ਰਹੇ ਨੇ। ਭਾਵੇਂ ਵਾਅਦਾ ਕੀਤਾ ਅਨੇਕਾਂ ਵਾਰ ਸਿੱਖਿਆ ਮੰਤਰੀ ਨੇ, ਪਰੰਤੂ ਸਾਡੇ ਤੋਂ ਵਾਅਦੇ ਤੋਂ ਮੁੱਕਰ ਚੁੱਕੇ ਨੇ। 13 ਤਰੀਕ ਦੀ ਮੀਟਿੰਗ ਦੇ ਵਿੱਚ ਇਸ ਮੰਗ ਨੂੰ ਲੈ ਕੇ ਅਸੀਂ ਬੈਠੇ ਹੋਏ ਹਾਂ, ਜਦੋਂ ਤੱਕ ਇਹਨਾਂ ਮੰਗਾਂ 'ਤੇ ਸਰਕਾਰ ਸਾਡੀ ਸਹਿਮਤੀ ਨਹੀਂ ਬਣਾਉਂਦੀ ਉਦੋਂ ਤੱਕ ਅਸੀਂ ਇਸ ਥਾਂ 'ਤੇ ਬੈਠੇ। ਅਜਨਾਲਾ 'ਚ ਇੱਕ 19 ਸਾਲਾ ਲੜਕੀ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਦਾ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਸਖ਼ਤ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਸੂਬੇ 'ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਮਾਮਲੇ 'ਚ
SIT ਦਾ ਗਠਨ ਕਰਕੇ ਜਾਂਚ ਦੀ ਮੰਗ ਕੀਤੀ ਹੈ। ਨਾਲ ਹੀ ਉਹਨਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਬਿਕਰਮ ਮਜੀਠੀਆ ਨੇ ਸੂਬੇ 'ਚ ਵੱਧ ਰਹੇ ਅਪਰਾਧਾਂ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਘੇਰਿਆ ਹੈ। ਉਹਨਾਂ ਕਿਹਾ ਕਿ ਜੇਲ੍ਹਾਂ ਆਰੋਪੀਆਂ ਲਈ ਸੁਰੱਖਿਅਤ ਥਾਵਾਂ ਬਣ ਗਈਆਂ ਨੇ। ਗੈਂਗਸਟਰ ਜੇਲ੍ਹਾਂ 'ਚ ਬੈਠੇ ਜਬਰਨ ਵਸੂਲੀ ਦੇ ਰੈਕੇਟ ਚਲਾ ਰਹੇ ਨੇ ਕਿਉਂਕਿ ਉਹਨਾਂ ਨੂੰ ਮੰਤਰੀਆਂ ਤੇ ਪੁਲਿਸ ਦੀ ਸ਼ਹਿ ਮਿਲ ਰਹੀ ਹੈ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਕੁੰਡਲੀ ਉਦਯੋਗਿਕ ਖੇਤਰ 'ਚ ਬਟਨ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰਨ ਕਾਰਨ 8 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ ਨੇ। ਮਿਲੀ ਜਾਣਕਾਰੀ ਮੁਤਾਬਕ ਇਹਨਾਂ ਵਿੱਚੋਂ 2 ਮਜ਼ਦੂਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਦਿੱਲੀ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਫੈਕਟਰੀ 'ਚ 12-13 ਮਜ਼ਦੂਰ ਸੀ। ਉਧਰ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਪੁਲਿਸ ਪਹੁੰਚੀ। ਇਹ ਹਾਦਸਾ ਸ਼ਾਰਟ ਸਰਕਿਟ ਕਾਰਨ ਵਾਪਰਿਆ, ਫਿਲਹਾਲ ਰਾਹਤ ਬਚਾਅ ਕਾਰਜ ਜਾਰੀ ਹੈ। ਮੱਧ ਪ੍ਰਦੇਸ਼ ਦੇ ਸਿਗਰੌਲੀ 'ਚ ਅੱਜ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਇੱਥੇ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੀਆਂ 2 ਕੋਲਾ ਮਾਲ ਗੱਡੀਆਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ, ਜਿਸ ਹਾਦਸੇ ਦੌਰਾਨ 3 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਬੈਡਨ ਥਾਣਾ ਖੇਤਰ ਇਲਾਕੇ ਦੇ ਰਿਹਨ ਨਗਰ 'ਚ ਇੱਕ ਮਾਲ ਗੱਡੀ ਕੋਇਲਾ ਲੈ ਕੇ ਜਾ ਰਹੀ ਸੀ ਅਤੇ ਦੂਸਰੀ ਖਾਲੀ ਮਾਲ ਗੱਡੀ ਉਸੇ ਹੀ ਟਰੈਕ 'ਤੇ ਵਾਪਿਸ ਆ ਰਹੀ ਸੀ, ਜਿਸ ਦੌਰਾਨ ਦੋਹਾਂ ਵਿਚਾਲੇ ਭਿਆਨਕ ਟੱਕਰ ਹੋ ਗਈ। Are you planning holidays? Searching for agency? Are you confused? Then here is a solution. Now you can book your railway ticket, bus ticket and airplane ticket with hotel booking just in 5 minutes. Immediately contact us on 947869502. News to give advertisement for flash ad, video ad and paid stories on this channel, contact us on 9855858559.